ਉੱਗੇ ਗੀਤਕਾਰ ਪ੍ਰਗਟ ਸਿੰਘ, ਜਿਨ੍ਹਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਅੱਜ ਉਹਨਾਂ ਦੀਆਂ ਅਸਥੀਆਂ ਪਰਿਵਾਰਕ ਮੈਂਬਰਾਂ ਅਤੇ ਸਾਖ ਸੰਬੰਧੀਆਂ ਵੱਲੋਂ ਸਥਾਨਕ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਵਿਖੇ ਲਿਆਂਦੀਆਂ ਗਈਆਂ। ਇਸ ਦੌਰਾਨ ਗ੍ਰੰਥੀ ਭਾਈ ਹਰਦੀਪ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਅਸਥੀਆਂ ਸਤਲੁਜ ਦਰਿਆ ਵਿੱਚ ਨਮ ਅੱਖਾਂ ਨਾਲ ਜਲ ਪ੍ਰਵਾਹ ਕੀਤੀਆਂ ਗਈਆਂ। ਇਸ ਮੌਕੇ 'ਤੇ ਉੱਗੇ ਗਾਇਕ ਹਰਜੀਤ ਹਰਮਨ, ਗੀਤਕਾਰ ਵੀਤਬਲਜੀਤ, ਅਤੁਲ ਸ਼ਰਮਾ ਤੋਂ ਇਲਾਵਾ ਗੀਤਕਾਰ ਪ੍ਰਗਟ ਸਿੰਘ ਦੀ ਧਰਮ ਪਤਨੀ ਪਰਮਿੰਦਰ ਕੌਰ, ਬੇਟਾ ਸਟਾਲਨਵੀਰ, ਬੇਟੀ ਪਾਕਪ੍ਰੀਤ ਕੌਰ ਅਤੇ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ। ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜਗੇ, ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ। ਅਜਿਹੇ ਹਰਮਨ ਪਿਆਰੇ ਗੀਤ ਗਾਉਣ ਵਾਲੇ ਗੀਤਕਾਰ ਪ੍ਰਗਟ ਸਿੰਘ ਲਿੱਦੜਾਂ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ। ਉਹਨਾਂ ਦਾ 100 ਤੋਂ ਵੱਧ ਗੀਤ ਗਾਉਣ ਵਾਲੇ ਪ੍ਰਸਿੱਧ ਗਾਇਕ ਹਰਜੀਤ ਹਰਮਨ ਅੱਜ ਉਹਨਾਂ ਦੇ ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਉਹਨਾਂ ਨਾਲ ਆਏ ਹੋਏ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਹਰਮਨ ਜੀ, ਤੁਸੀਂ ਪ੍ਰਗਟ ਜੀ ਦੇ 100 ਤੋਂ ਵੱਧ ਗੀਤ ਗਾਏ, ਮੇਰੇ ਹਿਸਾਬ ਨਾਲ ਉਹਨਾਂ ਦੇ ਅਕਾਲ ਚਲਾਣੇ ਦਾ ਤੁਹਾਨੂੰ ਸਭ ਤੋਂ ਵੱਡਾ ਘਾਟਾ ਪਿਆ। ਬਿਲਕੁਲ ਜੀ, ਜਿੱਥੇ ਮੈਨੂੰ ਤਾਂ ਪਰਸਨਲ ਤੌਰ 'ਤੇ ਘਾਟਾ ਪੈਣਾ ਸੁਭਾਵਿਕ ਹੈ, ਅਤੇ ਉੱਥੇ ਉਹਨਾਂ ਦੀ ਜਿਹੜੀ ਗੀਤਕਾਰੀ ਨੂੰ ਮੁਹੱਬਤ ਕਰਦੇ ਆ ਸਮੂਹ ਪੰਜਾਬੀ ਵਿਦੇਸ਼ਾਂ ਵਿਦੇਸ਼ਾਂ 'ਚ ਬੈਠੇ, ਉਹਨਾਂ ਦੇ ਵੀ ਦਿਲਾਂ ਨੂੰ ਠੇਸ ਪਹੁੰਚੀ। ਕਿਉਂਕਿ ਪ੍ਰਗਟ ਸਿੰਘ ਮੇਰੇ ਲਈ ਗੀਤਕਾਰ ਨਹੀਂ ਸੀ ਕਿ ਵੱਡਾ ਭਰਾਵਾਂ ਦੇ ਭਰਾ ਸੀ, ਸਾਡਾ ਰਿਸ਼ਤਾ ਆਪਸ ਵਿੱਚ ਪਰਿਵਾਰਕ ਵੀ ਸੰਬੰਧ ਨੇ। ਮੈਂ 1999 ਤੋਂ ਮੈਂ ਗਾਉਣਾ ਸ਼ੁਰੂ ਕੀਤਾ ਅਤੇ ਹੁਣ ਤੱਕ 2019 ਆ ਗਿਆ, ਅਤੇ ਉਹਨਾਂ ਨਾਲ ਇਹ ਸਫ਼ਰ ਹੈ ਜਿਹੜਾ ਮੈਂ ਨਿਭਾਇਆ ਗਾਇਕੀ ਦਾ। ਮੈਨੂੰ ਲੱਗਦਾ ਵੀ ਜਿੰਨੇ ਗੀਤ ਤੁਸੀਂ ਗਾਏ ਨੇ ਉਹਦੇ ਵਿੱਚੋਂ ਤੁਸੀਂ 90% ਤੋਂ ਵੀ ਵੱਧ ਗਾਇਕ ਪ੍ਰਗਟ ਸਿੰਘ ਹੋਣਾ ਚਾਹੀਦਾ। ਬਿਲਕੁਲ, ਹੁਣ ਅੱਗੇ ਕਿਵੇਂ ਚੱਲੂਗੀ ਪੀੜ੍ਹੀ? ਕਿਉਂਕਿ ਹਰਮਨ ਅਤੇ ਪ੍ਰਗਟ ਇੱਕ ਜਿਹੜੇ ਦੋ ਪਹੀਏ ਸੀ, ਇਹ ਹੁਣ ਕਿੱਦਾਂ ਚੱਲੂ? ਇਹ ਸਵਾਲ ਤੁਹਾਡਾ ਬੜਾ ਡਿਫੀਕਲਟ ਜਿਹਾ ਸਵਾਲ ਤੁਸੀਂ ਪੈਦਾ ਕੀਤਾ। ਇਹ ਤਾਂ ਮੈਂ ਸੋਚਿਆ ਹੀ ਨਹੀਂ ਵੀ ਕਿੱਦਾਂ ਚੱਲੂ ਕੀ ਨਾ, ਅਤੇ ਅੱਜ ਅਸੀਂ ਅਸਥੀਆਂ ਜਲ ਪ੍ਰਵਾਹ ਕੀਤੀਆਂ, ਕੱਲ੍ਹ ਸੰਸਕਾਰ ਕੀਤਾ, ਜੇ ਫਿਰ ਬੈਠ ਕੇ ਸੋਚਿਆ ਕਿ ਪਰਮਾਤਮਾ ਕੋਈ ਨਾ ਕੋਈ ਰਸਤਾ ਟਰਾਈ ਕਰਾਂਗੇ ਲੱਭਣ ਦੀ, ਅਤੇ ਇਹਦੇ ਬਾਰੇ ਫਿਲਹਾਲ ਮੈਂ ਕੁਛ ਸੋਚਿਆ। ਜ਼ਿੰਮੇਵਾਰੀ ਨੇ ਜੀ, ਹੈ ਨਾ, ਚਲੋ ਉਹਦਾ ਜ਼ਿੰਮੇਵਾਰੀਆਂ ਪੂਰੀਆਂ ਹੋ ਜਾਣਗੀਆਂ। ਕੁਝ ਉਹਨਾਂ ਦੇ ਸੁਪਨੇ ਸੀ, ਜਿਹੜੇ ਗੀਤ ਸੀ, ਕੁਝ ਅਧੂਰੇ ਰਹੇ ਜੇ, ਉਹਨਾਂ ਦਾ ਮੈਨੂੰ ਸਾਰੀ ਉਮਰ ਦੁੱਖ ਰਹਿ ਜਾਣਾ, ਕਿਉਂਕਿ ਜ਼ਿੰਮੇਵਾਰੀਆਂ ਦਾ ਸੀ ਰਲ ਮਿਲ ਕੇ ਸਾਰਾ ਪਰਿਵਾਰ ਆ, ਹਰਮਨ ਬਾਈ ਹੋਰੀ ਹੈਗੇ ਆ, ਸਾਰੇ ਪੂਰੀਆਂ ਕਰ ਲੈਣਗੇ। ਪਰ ਜਿਹੜੇ ਹੈ ਨਾ ਗੀਤ ਨੇ ਉਹ ਕਿਸੇ ਤੋਂ ਪੂਰੇ ਨਹੀਂ ਹੋਣੇ, ਉਹਨਾਂ ਦਾ ਮੈਨੂੰ ਬੜਾ ਤਕਲੀਫ, ਕਿਉਂਕਿ ਉਹਨਾਂ ਦੇ ਅੰਦਰੋਂ ਨਿਕਲੇ ਹੋਏ ਗੀਤ ਸੀ, ਉਹ ਕੁਝ ਗੀਤ ਅੰਦਰ ਹੀ ਰਹਿ ਗਏ ਹਜੇ, ਕਿਉਂਕਿ ਹਜੇ ਜਾਣ ਦਾ ਸਮਾਂ ਨਹੀਂ ਸੀਗਾ। ਬੇਵਕਤ ਤੁਰ ਜਾਣ ਨਾਲ ਇਹ ਖਲਾਅ ਜਿਹੜਾ ਪੈਦਾ ਹੋਇਆ ਭਰ ਨਹੀਂ ਹੋਣਾ।